अस्सलाम वालेकुम दोस्तों, उम्मीद करता हूँ कि आप सब खैर वैरियत से होंगे। जी मौजूद हैं, जानवर परचेजिंग के लिए निकले थे, अल्लाह खैर करे तो मौजूद हैं आरफ वाला की साइड पर। और आरफ वाला से ऊपर जाने नीचे कर कर बूरे की तरफ यानी निकले हुए हैं, यानी ये आरफ वाला के जब स्टार्ट होने वाला बूरा, उसके पीछे जब आरफ वाला एंड होता है वहाँ आएंगे। अल्लाह खैर करे, जानवर बड़े स्ट्रक्चर वाले जानवर, शौक वाले जानवर है। तो काला गुज्जर नाम है भाई का, तो डिटेल वगैरह लेंगे तो वीडियो शुरू करते हैं। जी हाँ जी हाँ जी, इस टाइम कितने मौजूद हैं जी? ये जी मेरे साईं यार नु पुछो, साईं ये केड़ा पिंड है, केड़ा इलाका वा? पंजा चक समोरा वाला। पंजा समोरा वाला तो ये काले दे वाला साहब ने। हाँ जी, ते मुंडे ने ई भी। हाँ जी, और बाबा जी कितने साल शौक कर रहे हो? तुम उम्र कितनी को हो गई इस टाइम? 70। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਆਪ ਸ਼ੌਕ ਸਟਾਰਟ ਸ਼ੁਰੂ ਕੀਤਾ ਸੀ ਜਾਂ ਆਪ ਤੁਹਾਡੇ ਵਾਲਦ ਸਾਹਿਬ ਹੀ ਕਰਦੇ? ਸਹੀ ਹੈ ਜੀ। ਔਰ ਮਾਸ਼ਾਅੱਲਾ ਸਾਈਂ ਸਾਡਾ ਸ਼ੁਰੂ ਤੋਂ ਪੱਕੀਆਂ ਚਾਹਤ ਆਇਆ, ਮਾਸ਼ਾਅੱਲਾ ਸ਼ੌਕ ਬਚਪਨ ਤੋਂ ਹੀ ਆ। ਹਾਂਜੀ, ਸ਼ੁਰੂ ਤੋਂ ਪੱਕੀਆਂ ਰੱਖਦਾ ਆਇਆ ਇਹ। ਹਾਂਜੀ ਸਾਰੇ ਮਾਸ਼ਾਅੱਲਾ ਸਾਡੇ ਇਕੱਠੇ। ਹਾਂਜੀ ਬਾਬਾ ਜੀ, ਕੋਈ ਸਵਾਲ ਕਰੋ ਬਾਬਾ ਜੀ ਕੋ, ਕੋਈ ਐਸੇ ਪੁਰਾਣੇ ਤੁਹਾਡੇ ਹਿਸਾਬ ਦੇ ਯਾਨੀ ਕਿ ਫੀਲਡ ਦੇ ਹਿਸਾਬ ਨਾਲ ਬਾਬਾ ਜੀ ਕੋ। ਅੱਛਾ, ਫੀਲਡ ਦੇ ਹਿਸਾਬ ਨਾਲ ਇਹ ਆ ਵੀ ਮਾਸ਼ਾਅੱਲਾ, ਮੈਂ ਤਾਂ ਕਹਿੰਦਾ ਵੀ ਅੱਲਾ ਪਾਕ ਤੰਦਰੁਸਤੀ ਦੇਵੇ। ਹਾਂਜੀ, ਇਹ ਸਾਡੇ ਪੁੱਤਰਾਂ ਦੀ, ਹਾਂਜੀ, ਜਿਨ੍ਹਾਂ ਨੇ ਮਗਰੋਂ ਆ ਕੇ ਯਾਨੀ ਕਿ ਕਾਲੇ ਉਹਨਾਂ ਨੇ ਇਹ ਯਾਨੀ ਕਿ ਸਾਡਾ 20 ਬੱਕਰੀਆਂ ਦਾ ਸੰਭਾਲ ਲਿਆ ਜੀ ਜੀ, ਜਿਹੜੇ ਅੱਗੇ ਜਾ ਰਹੇ ਨੇ ਸ਼ੌਕ ਨਾਲ। ਹਾਂਜੀ, ਹਾਲਾਂਕਿ ਮਾਸ਼ਾਅੱਲਾ ਇਹਨੇ ਕੋਈ 30-35 ਡੰਗਰ ਵੀ ਹੈਗੇ ਨੇ ਅਤੇ ਬੱਕਰੀਆਂ ਫਿਰ ਮਜੀਦ ਰੱਖੀ ਖੜੇ ਨੇ। ਅਤੇ ਅੱਛਾ ਕਾਲਾ ਸਾਹਿਬ, ਅੱਛਾ ਆਪਣਾ ਮੱਝਾਂ ਵੀ ਤੁਸੀਂ ਰੱਖੀਆਂ ਨੇ? ਰੱਖੀਆਂ। ਅਤੇ ਤੁਸੀਂ ਵੀ ਕਾਲਾ ਸਾਹਿਬ ਯਾਨੀ ਕਿ ਤੁਹਾਡੇ ਵਾਲਦ ਸਾਹਿਬ ਨੇ ਇਹ ਵੀ ਮੱਝਾਂ 'ਚ ਸਵਾਦ ਆ ਕਿ ਬੱਕਰੀ 'ਚ? ਮੈਂ ਤਾਂ ਮੱਝਾਂ ਨੂੰ ਕਦੇ ਪੱਠੇ ਵੀ ਨਹੀਂ ਪਾਲ ਗਿਆ। ਅੱਛਾ ਸਾਈਂ ਨੂੰ ਪੁੱਛ ਲੈਂਦੇ ਹੋ, ਸਾਈਂ ਜੀ ਬੱਕਰੀ ਸਵਾਦ ਆ ਕਿ ਮੱਝਾਂ 'ਚ? ਇਹ ਜਿੱਥੇ ਲੱਗ ਜਾਏ ਕੰਮ। ਨਹੀਂ ਸਾਨੂੰ ਤਾਂ ਜੀ ਤੂੰ ਆਖੇ ਨਾ ਵੀ ਮੱਝਾਂ ਨੂੰ ਇੱਕ ਡੰਗ ਪੱਠੇ ਪਾ ਦਿਓ, ਓਕੇ, ਤੇ ਅਸੀਂ ਤੇ ਉਹਨਾਂ ਦੇ ਲਾਗੇ ਨਹੀਂ ਜਾਣੇ। ਬੱਕਰੀ ਦਾ ਮੱਬਾ ਸਾਡੇ ਕੋਲ 250 ਰੱਖ ਦਿਓ। ਹਰ ਸ਼ੈ ਦਾ ਠਰ। ਹਾਂਜੀ, ਬੱਕਰੀ ਦਾ ਵੀ, ਘੋੜੀਆਂ ਦਾ ਵੀ, ਡਾਕੀਆਂ ਦਾ ਵੀ। ਠੀਕ ਹੈ, ਫਿਰ ਪੁੱਛਿਆ ਤਾਂ ਟੱਗਿਆਂ ਦਾ ਜ਼ਿਆਦਾ। ਟੱਗਿਆਂ ਦਾ ਜ਼ਿਆਦਾ ਵੇਖੋ, ਉਹ ਸੀ ਤੁਹਾਡਾ ਦੌਰ, ਤੁਸੀਂ ਆਪਣੇ ਦੌਰ ਦੇ ਹਿਸਾਬ ਨਾਲ ਚੰਗਾ ਮਾਸ਼ਾ। ਜਿਹੜੀਆਂ ਇਹਨਾਂ ਠਰਕ ਮੈਨੂੰ ਲਵਾਇਆ ਮੇਰਾ ਨਾਨਕਿਆਂ ਨੇ, ਲੱਕੜ ਮੰਡੀ ਵਾਲੇ ਫਾਈ ਲਿਆਉਣਾ ਨੇ। ਠੀਕ ਹੈ, ਉਹਨਾਂ ਕੋਲ ਪੱਠ ਮੰਗੀ, ਉਹਨਾਂ ਪੱਠ ਨਹੀਂ ਦਿੱਤੀ, ਟੋਟਾਂ ਵਾਲੇ ਖੂਹ ਦੇ ਗਿਆ ਲੱਤ ਕੋਲ। ਹਾਂ, ਅੱਛਾ ਲੱਕੜ ਮੰਡੀ ਸਾਹੀਵਾਲ? ਹਾਂ, ਆਰਫ ਵਾਲਾ। ਆਰਫ ਵਾਲੇ ਤੁਸੀਂ ਗਿਆ ਅਤੇ ਨਾਨਕਿਆਂ ਕੋਲ ਕਿਵੇਂ ਗਿਆ? ਪੱਠ ਮੰਗੀ ਜਾ ਕੇ ਉਹਨਾਂ ਕੋਲ ਇੱਕ ਪੱਠ ਦੇ ਦਿਓ, ਅਸੀਂ ਮੱਝਾਂ ਵਾਲੇ ਸੀ। ਅੱਛਾ, ਉਹਨਾਂ ਕਹਿੰਦਾ ਤੈਨੂੰ ਪੱਠਾਂ ਦੀ ਸਾਰ। ਹਾਂ, ਉਹਨੂੰ ਸਾਰ ਬਣਾ ਕੇ ਵਿਖਾਈ। ਅੱਛਾ, ਪੱਠਾਂ ਦੀ ਸਾਰ ਬਣਾ ਕੇ ਫਿਰ ਵਿਖਾਈ? ਵਿਖਾਈ। ਫਿਰ ਤੁਸੀਂ ਅੱਲਾ ਦੇ ਤਾਂ ਢੋਠਾਂ ਵਾਲਾ ਗੁਲਾਮ ਰਸੂਲ ਦਾ ਵਾਲਦ ਸਾਹਿਬ, ਸ਼ਾਬਾਸ਼, ਤੇ ਉਹਦੇ ਕੋਲੇ ਗਏ? ਗਹਿਣਾ ਗੁਜਰ, ਗਹਿਣਾ ਗੁਜਰ, ਸ਼ੇਰ ਗੁਜਰ ਭਲਵਾਨ, ਸ਼ੇਰ ਗੁਜਰ ਭਲਵਾਨ, ਚੂੜਾ, ਚੂੜਾ, ਮਹਿੰਗੇ ਦਾ ਪਿਓ, ਮਹਿੰਗੇ ਦਾ ਪਿਓ, ਬਣੀ ਚੰਗੇ ਠਰਕੀ ਸਣਾ, ਤੇ ਬਸ਼ੀਰ, ਬਸ਼ੀਰ ਦਾ ਪਿਓ ਆ ਜਿਹੜਾ ਨਹਿਰ ਤੇ ਬੈਠਾ ਸੀ, ਉਹਦਾ ਨਾਮ ਚੂੜਾ ਹੀ ਸੀ, ਉਹਦਾ ਨਾਮ ਚੂੜ ਸੀਗਾ। ਹਾਂ ਜੀ ਜੀ, ਤੇ ਅਲਾ ਲੋਕ? ਹਾਂਜੀ, ਅਲਾ ਲੋਕ ਨੂੰ ਪਤਾ ਨਹੀਂ ਸੰਭਲ ਸਕਦੇ? ਮੇਰਾ ਤਾਇਆ ਸੀ ਜੀ ਅਲਾ ਲੋਕ। ਹਾਂਜੀ, ਮੇਰਾ ਤਾਇਆ ਸੀਗਾ ਉਹ। ਹਾਂਜੀ, ਯਾਨੀ ਕਿ ਇਸ ਤਰ੍ਹਾਂ ਕਰਕੇ ਸ਼ੌਕ ਸਾਡੇ ਬੰਦਿਆਂ ਨੇ, ਜ਼ਿਲ੍ਹਾ ਸਾਹਿਬਾਂ 'ਚ ਵੀ ਜ਼ਾਰੇ ਹੋਣੀ, ਜੈਲਦਾਰ ਹੋਣੀ, ਜੇ ਆਪਣੇ ਬਾਬਾ ਜਾਨੀ ਗੁਜਰ, ਸ਼ਵੀ ਗੁਜਰ ਦਾ ਵਾਲਦ ਸਾਹਿਬ, ਜਿਹੜਾ ਮਹਿੰਗੇ ਹੋਣੇ ਚਾਹੀਦੇ ਨੇ ਮਾਸ਼ਾਅੱਲਾ, ਪਾਕ ਪਤਨ 'ਚ ਆ ਜਾਂਦੇ ਵਿਆੜੀ ਵਾਲੇ ਮਹਿੰਗੇ ਜਿਹੜੇ ਨਾ, ਉਹਨਾਂ ਦੀ ਗੱਲ ਕਰ ਰਹੇ। ਜੈਲਦਾਰ ਵੀ ਉੱਥੇ ਸੀ? ਜੈਲਦਾਰ ਵੀ ਉੱਥੇ ਸੀ ਮਾਸ਼ਾਅੱਲਾ, ਜਿਹੜੇ ਸ਼ੌਂਕ ਕਰਦੇ ਸੀ ਪੁਰਾਣੇ ਬਾਬੇ। ਅੱਜ ਦੌਰ ਦੇ ਹਿਸਾਬ ਨਾਲ ਮੈਂ ਤਾਂ ਇਹਨਾਂ ਮੁੰਡਿਆਂ ਦੀ ਬੜੀ ਸ਼ਾਬਾਸ਼ ਕਰਨਾ, ਅਸੀਂ ਕਹਿੰਦੇ ਪਾਕਿਸਤਾਨ 20 ਖਤਮ ਹੋ ਗਿਆ, ਜਿਹੜੇ ਕਰਾਉਂਦੇ ਪਏ ਨੇ ਸ਼ੌਕ ਮੁੰਡੇ ਸਾਡੇ ਨੇ ਅੱਗੇ ਜਾ ਰਹੇ ਨੇ। ਇਹ ਆਪਣਾ ਕਾਲਾ ਸਾਹਿਬ, ਮੈਨੂੰ ਇਹ ਦੱਸੋ ਬੱਕਰੀ ਦਾ, ਤੁਹਾਨੂੰ ਮੁਤਲਕ ਪੁੱਛ ਲਿਆ, ਬੱਕਰੀ ਦਾ ਠਰਕ ਜਿਹਨੂੰ ਵੜ ਜਾਵੇ ਉਹ ਦੂਜਾ ਕੰਮ ਨਹੀਂ ਕਰ ਸਕਦਾ?
ਤੇ ਬੱਕਰੀ ਬਾਦਸ਼ਾਹ ਹੀ ਵਾਹੀ ਆ। ਬੱਕਰੀ ਸਵੇਰ ਨੂੰ ਉੱਠ ਕੇ ਇੱਕ ਵਾਰੀ ਵੇਖੀਏ ਨਾ, ਵੇਖੀਏ ਨਾ ਬੱਕਰੀ ਵਾਲਾ ਬੰਦਾ ਕਾਮਯਾਬ ਕਿਵੇਂ ਹੋਏਗਾ, ਕਾਮਯਾਬ ਚ ਪੂਰੀ ਲੱਗਾ। ਦੋ ਗੱਲਾਂ ਦੱਸਣੀਆਂ ਮੈਨੂੰ ਵੀ, ਮਿਸਾਲ ਬੱਕਰੀ ਰੱਖ ਲਈ ਆਪਾਂ, ਇਹ ਬੱਕਰੀ ਵੇਖੀ, ਇਹ ਰੱਖ ਲਈ ਇਹਦੇ ਤੇ ਆਪਾਂ ਬੱਕਰਾ ਬੱਚਾ ਪਾਲਿਆ ਫਾਇਦਾ ਕਿ ਵੇਚਿਆ ਫਾਇਦਾ? ਬੱਚਾ ਪਾਲਿਆ ਫਾਇਦਾ, ਬੱਚਾ ਪਾਲਿਆ ਬੱਕਰਾ ਉੱਤੇ ਛੱਡਿਆ ਫਾਇਦਾ ਕਿ ਜਿਹੜਾ ਮਾਝੀ ਛੁੱਟ ਜਾਓ ਫਾਇਦਾ? ਬੱਕਰਾ ਲੱਭ ਕੇ ਛੱਡੀ ਦੇ ਨਾ, ਉਵੇਂ ਬੱਚਾ ਪਾਲ ਕੇ ਨਾ ਛਾਂਕਣਾ ਤੇ ਫਿਰ ਮਜ਼ਾ। ਹਾਂਜੀ ਜੀ, ਦੇਖੋ ਜੀ ਬਰੀਡ ਹੁੰਦੀ ਹੈ ਫਾਰਮਿੰਗ, ਜਿੰਨੇ ਫਾਰਮਿੰਗ ਵਾਲੇ ਨੇ ਸਾਡੇ ਸਾਰੇ ਹੀ ਗੁਜ਼ਾਰਿਸ਼ ਹੈ ਵੀ ਮਾਸ਼ਾਅੱਲਾ ਹੁਣ ਬੱਕਰਾ ਲੱਭ ਲੱਭ ਕੇ ਛੱਡ ਜਾਏ ਤੇ ਬੱਚਾ ਜਦੋਂ ਜੰਮ ਪਏ। ਦੂਜੀ ਗੱਲ ਸਾਰੀ ਜਵਾਨਾਂ ਦੀ ਗੱਲ ਵੇਖੀ ਸੀ। ਕੀ ਬਾਤ, ਪੀਰ ਦਵਾਨ ਸਾਹਿਬ ਉਹਨਾਂ ਦਾ ਜੋੜ ਹੀ ਕੋਈ ਨਹੀਂ ਗਾ, ਉਹ ਤਾਂ ਚਾਚਾ ਸ਼ਰੀਫ ਦੀ ਮੈਂ ਵੀਡੀਓ ਬਣਾਈ ਹੈ ਮੇਰੇ ਕੋਲ ਉੱਥੇ ਜਾਂਦੀਆਂ ਨੇ। ਮਾਸ਼ਾਅੱਲਾ ਬਾਬਾ ਜੀ, ਉਹ ਜਦੋਂ ਤੁਸੀਂ ਪੱਟ ਜਾਂ ਨਿੱਕੀ ਜਿਹੀ ਲਈ ਨਾ, ਉਹਨਾਂ ਨੇ ਤੁਹਾਨੂੰ ਨਹੀਂ ਦਿੱਤੀ, ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਨਾਨਕੇ ਦੀ ਗੱਲ ਕੀਤੀ ਉਹਨੇ, ਹੋਰ ਕਿਸੇ ਬੰਦੇ ਦੀ ਗੱਲ ਕੀਤੀ? ਉਹਨੇ ਕਿਹਾ ਮੈਂ ਨਾਨਕੇ ਨੂੰ ਮਿਲਣ ਗਿਆ ਤੇ ਉੱਥੇ ਜਾ ਕੇ ਮੈਨੂੰ ਉਹਨਾਂ ਨੇ ਪੁੱਛਿਆ ਵੀ, ਉਹਨੇ ਕਿਹਾ ਤੁਹਾਨੂੰ ਵੀ ਸਾਰ ਪੱਠਾਂ ਦੀ? ਉਹਨੇ ਕਿਹਾ ਮੈਂ ਸਾਰ ਫਿਰ ਬਣਾ ਕੇ ਵਿਖਾਈ ਵੀ ਬੱਕਰੀ ਐਂ ਬਣ ਜਾਂਦੀ ਤੇ ਹੁਣ ਅੱਲਾ ਪਾਕ ਨੂੰ ਤਾਂ ਜਦੋਂ ਆਪੇ ਕਿਸੇ ਨੂੰ ਨਹੀਂ ਪੁੱਛਿਆ। ਹਾਂਜੀ, ਔਰ ਕਿਹੜੀ ਚੀਜ਼ ਨੇ ਬੱਕਰੀਆਂ ਬਣਾਈਆਂ, ਬੱਕਰੇ ਨੇ ਬਣਾਈਆਂ ਜਾਂ ਬੱਕਰੀ ਨੇ ਬਣਾਈਆਂ ਬੱਕਰੀਆਂ? ਉਹ ਤਾਂ ਬਜਾਏ ਸ਼ਕਲਾ ਕੇ ਆਪੇ ਬਣਦੀਆਂ ਜਾਂਦੀਆਂ। ਸਹੀ ਹੈ, ਸਹੀ ਗੱਲ ਹੈ। ਛੋਟੀ ਜਿਹੀ ਗੱਲ ਪੁੱਛਣਾ ਵਾ, ਸਾਡੇ ਇੱਕ ਯੂਟਿਊਬ ਤੇ ਵੇਖਣ ਵਾਲੇ ਤੁਹਾਡੇ ਕਾਠੀਆ ਸਾਹਿਬ ਨੇ ਇੱਥੇ ਲੱਗੇ ਰਹਿੰਦੇ, ਉਹਨਾਂ ਦਾ ਕੀ ਨਾਮ ਕੀ ਆ? ਮਦਰ ਕਾਠੀਆ, ਮਦਰ ਫਰੀਦ ਕਾਠੀਆ ਸਾਹਿਬ ਬਹੁਤ ਸਾਡੇ ਯੂਟਿਊਬ ਤੇ ਸਾਨੂੰ ਵੇਖਦੇ ਪਏ ਨੇ, ਪਰ ਸਾਡਾ ਉਹਨਾਂ ਨੂੰ ਸਲਾਮ ਹੈ ਜ਼ਿਆਦਾ ਤੋਂ ਜ਼ਿਆਦਾ, ਅਸੀਂ ਆਏ ਬਣਾਉਣ ਲੱਗ ਪਏ ਤੇ ਉਹ ਕਾਠੀਆ ਸਾਹਿਬ ਨੂੰ ਸਾਡੀ ਸਲਾਮ ਦੁਬਾਰਾ ਦੁਬਾਰਾ, ਜਿਹੜੇ ਸਾਨੂੰ ਚਾਹੁਣ ਵਾਲੇ ਲੋਕ ਆ। ਨਾਮ ਕਿਹਨੂੰ ਦਾ ਜੀ? ਮਦਰ ਫਰੀਦ ਸਾਹਿਬ ਨੂੰ। ਹਾਂਜੀ, ਇਹ ਸਪੈਸ਼ਲ ਜੀ ਮੇਰੀ ਤਰਫੋਂ ਵੀਡੀਓ ਵਿਖਾਉਣੀ, ਉਹ ਚਾਚਾ ਆਇਆ ਸੀਗਾ ਤੇ ਬਾਕੀ ਤੁਹਾਨੂੰ ਯਾਦ ਜ਼ਰੂਰ ਕਰਦਾ ਸਭਾ ਇੱਥੇ ਗਿਆ ਮੇਰੇ ਕੋਲ। ਬਾਬਾ ਜੀ, ਹਾਂਜੀ, ਜ਼ਿਆਦਾ ਤੋਂ ਜ਼ਿਆਦਾ ਕਿਤਨੀਆਂ ਬੱਕਰੀਆਂ ਰਹੀਆਂ ਆਪਣੇ ਕੋਲ ਤੁਹਾਡੀ ਉਮਰ 'ਚ? ਬੱਕਰੀਆਂ 80-90 ਵੀ ਰਹੀਆਂ, ਪਰ ਜਿਹੜੀ 15-16 ਪ੍ਰੇਮ ਉਹ ਹੋਰ ਹੀ ਆ। ਇਹ ਦੇਖੋ ਮਾਸ਼ਾਅੱਲਾ ਅੱਜ ਵੀ 100-80-90 ਤੇ ਅੱਜ ਵੀ ਹੈਗੀਆਂ ਤੇ ਜੀ, ਅੱਗੇ ਵੀ 80-90, ਅੱਜ ਵੀ 80-90 ਆ। ਇਹ ਤੁਸੀਂ ਬਿਆਨ ਅੱਜ ਕੱਲ੍ਹ ਮੁੰਡਿਆਂ ਨੂੰ ਪੁੱਛੋ, ਕਿਉਂ ਬਜ਼ੁਰਗ ਬੰਦਾ ਗਰਮੀ ਖਪਾਉਣ ਡਿਆ ਤੇ ਅੱਗੇ ਪਰੇਸ਼ਾਨ ਆਪਣੇ ਘਰ ਦੀ ਤੋਂ ਆ ਤੇ ਤੂੰ ਹੁਣ ਹੋਰ ਪਾਸੇ ਲਈ ਜਾਣਾ? ਆਹੋ ਜੀ, ਉਹਨਾਂ ਦੀ ਸਾਡਾ ਮੁੰਡਾ ਤਾਜ਼ਾ ਤਾਜ਼ਾ 0303-3-7-97-97-290-290 ਇੱਕ ਮਿੰਟ। ਮਾਸ਼ਾਅੱਲਾ ਜੀ, ਇੱਕ ਹੋਰ ਬਾਈ ਦੀ ਬੱਕਰੀ ਹੈ ਜੀ, ਇਸਕਾ ਸ਼ੋਅ ਵੀ ਕਰਾ ਦੇ। ਇਹ ਵੀ ਬਾਈ ਹੋ ਕੇ ਬਾਈ ਹੈ, ਲੇਕਿਨ ਫਿਰ ਵੀ ਉਹ ਪਰਸਨਲੀ ਇਸੇ ਲਾਈਕ ਕਰਦੇ ਹੈ ਜੀ। ਤੋ ਸਰ ਜੀ, ਕਿਤਨਾ ਸੁਬਹ ਆਉਂਦਾ? ਤੀਸਰਾ ਸੁਬਹ, ਔਰ ਹੁਣ ਸੂਈ ਹੋਈ ਹੈ ਖਾਲੀ? ਬੱਚੇ ਕਿਤਨੇ ਕਿ ਨੇ? ਮਰ ਗਏ? ਚਲੋ ਅੱਲਾ ਖੈਰ ਕਰੇ ਜੀ, ਠੀਕ ਹੋ ਗਿਆ। ਆਹ ਕਾਜਲ ਅੱਗੇ ਵੀ ਖਾਈ ਸੀ, ਔਰ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਦੁੱਧ ਕੀ ਆਵਰੇ ਚੈੱਕ ਕਰੇ, ਕਿਤਨਾ ਕੁ ਦੁੱਧ ਕਰ ਰਹੀ ਹੈ ਜੀ? 4 ਸਿਰ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਇੱਕੋ ਨੰਬਰ ਦੱਸ ਦਿਓ ਆਪਣਾ, 0-300-88-88-84-94-334-334। ਠੀਕ ਹੋ ਗਿਆ, ਓਕੇ ਹੋ ਗਿਆ। ਵਟਸਐਪ ਕਰ ਰਹਿੰਦੇ ਤੁਸੀਂ? ਚਲੋ ਜੀ, ਚਲੋ ਵਗੈਰਾ ਡਾਲ ਦਿਓ ਜੀ। ਮਾਸ਼ਾਅੱਲਾ ਅੱਛੀ ਚੀਜ਼ ਹੈ ਜੀ, ਬਰੀਕੀ ਵਗੈਰਾ ਜਾਨਵਰ ਨੇ, ਔਰ ਹੁਣ ਮਾਸ਼ਾਅੱਲਾ ਹਜੇ ਕ੍ਰਾਸ ਨਹੀਂ ਕਰਾਈ। ਚਲੋ ਜੀ, ਸਹੀ ਹੋ ਗਿਆ, ਚਲੋ ਜੀ, ਛੱਡ ਦਿਓ। ਤੋ ਅਸਲਾਮ ਵਾਲੇਕੁਮ ਬਾਈ। ਵਾਲੇਕੁਮ ਸਰ ਜੀ, ਆਪਣਾ ਨਾਮ ਦੱਸ ਦਿਓ। ਨਾਮ ਮੁਹੰਮਦ ਅਬਾਸ। ਮੁਹੰਮਦ ਅਬਾਸ, ਔਰ ਆਪਣਾ ਪਿੰਡ ਲੋਕੇਸ਼ਨ ਆ ਕਿਹੜਾ? ਇਸ ਟਾਈਮ ਪੰਜਾਬੀ ਬਿਸਮੋਰਾ। ਸਹੀ, ਜ਼ਿਲ੍ਹਾ ਤਹਿਸੀਲ ਕਿਹੜਾ ਜੀ? ਜ਼ਿਲ੍ਹਾ ਪਾਕਪਤਨ, ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਫਾ। ਤਹਿਸੀਲ ਆਰਫਾ, ਔਰ ਕਾਲਾ ਜੀ, ਕਿਉਂਕਿ ਦਾ ਸ਼ੋਅ ਕਰ ਰਹੇ ਹੋ ਤੁਸੀਂ ਪਰਸਨਲੀ, ਕਿੰਨੀ ਕੁ ਉਮਰ ਹੋ? ਮੈਨੂੰ 25 ਸਾਲ ਹੋ ਗਏ ਇਸ ਕੰਮ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਔਰ ਕਿਤਨੇ ਕੁ ਜਾਨਵਰ ਇਸ ਟਾਈਮ ਆਪਣੇ ਕੋਲ? ਮਾਸ਼ਾਅੱਲਾ, ਇਸ ਟਾਈਮ ਆਪਣੇ ਕੋਲ 60 ਜਾਨਵਰ। 60 ਜਾਨਵਰ ਹੈ ਜੀ, ਮਾਸ਼ਾਅੱਲਾ। ਯਾਨੀ ਕਿ ਵਾਲਦ ਸਾਹਿਬ ਤੋਂ ਬਾਅਦ 'ਚ ਇਹਨੇ ਸਰੀਰ ਸੰਭਾਲ ਲਈ, ਪਹਿਲਾਂ ਵੀ ਜ਼ਰੂਰ ਚਾਰਦੇ ਰਹੇ ਨੇ, ਪਹਿਲਾਂ ਬਾਅਦ 'ਚ ਪੁੱਤਰ ਨੇ ਸੰਭਾਲ ਲਈ। 25 ਸਾਲ ਇਹਨਾਂ ਨੂੰ ਹੋ ਗਏ ਨੇ, ਯਾਨੀ ਕਿ ਚਰਾਵੇ ਬਣਦੇ ਹਨ। ਹਾਂਜੀ,
ਔਰ ਮਾਸ਼ਾਅੱਲਾ ਬੱਕਰੀਆਂ ਸੂਈਆਂ ਵੀ ਨੇ? ਹਾਂਜੀ ਸੂਈਆਂ ਮਾਸ਼ਾਅੱਲਾ। ਕਿਤਨੇ ਕ ਬੱਚੇ ਮਾਸ਼ਾਅੱਲਾ ਕਰਿਆ ਇਹਨੇ? ਬੱਚੇ ਜਿਹੜੇ ਮਾਦੀ ਆ ਉਹ ਹੈਗੀਆਂ 16 16 ਮਾਸ਼ਾਅੱਲਾ। ਚਾਰ ਨਰ ਵਾ ਕੋ ਬਾਕੀ ਵੇਚ ਦਿੱਤੇ। ਸਹੀ ਹੈ। ਉਹ ਨਰ ਬਰੀਡਰ ਹੀ ਰੱਖੇ ਚਾ ਰਹੇ ਆ ਕੋਈ ਸ਼ੋਕੇ ਤੋਂ ਸੇਲ ਵੀ ਕਰ ਲੋਗੇ? ਕੋਈ ਸੇਲ ਵੀ ਕਰ ਲਾਂਗੇ ਵਿੱਚ, ਇੱਕ ਅੱਧਾ ਹੀ ਆਪਾਂ ਤਾਂ ਰੱਖਣਾ ਹੁੰਦਾ। ਸਹੀ ਹੋ ਗਿਆ ਮਾਸ਼ਾਅੱਲਾ। ਔਰ ਪਰਸਨ ਇਹ ਬੱਕਰੀ ਇਹ ਹੁਣ ਕਿਤਨਾ ਸੂਆ ਜੀ ਕੱਲ ਜੀ? ਇਹ ਜੀ ਤੀਸਰਾ ਸੂਪੀ ਹੈ ਮਾਸ਼ਾਅੱਲਾ ਜੀ। ਔਰ ਹੁਣ ਇਹਨੇ ਕੀ ਦਿੱਤਾ ਜੀ? ਐਲ ਕੇ ਨੇ ਬੱਕਰਾ ਦਿੱਤਾ ਕੋਈ? ਬੱਕਰਾ ਇੱਕ ਹੀ ਦਿੱਤਾ? ਸਹੀ ਹੈ ਜੀ। ਔਰ ਹੈਗਾ ਜਾਂ ਸੇਲ ਹੋ ਗਿਆ? ਹੈਗਾ ਵਾ ਜੀ। ਸਹੀ ਹੋ ਗਿਆ ਮਾਸ਼ਾਅੱਲਾ। ਦਹਾਨਾ ਜੀ ਜਿਹੜਾ ਬੱਕਰਾ ਬਿਹਤਰੀਨ ਚੀਜ਼ ਹੈ ਜੀ ਮਾਸ਼ਾਅੱਲਾ। ਔਰ ਹੁਣ ਬੱਚਾ ਕਿਸ ਬੱਕਰੀ ਦਾ ਵਾ? ਉਹ ਬੱਚਾ ਉਹ ਡੱਬੀ ਬੱਕਰੀ ਦਾ। ਉਹ ਬੱਚਾ ਇੱਕ ਮਿੰਟ ਬੱਚਾ ਲਿਆਉਣਾ ਫੜ ਜਾਂ ਪੁੱਤਰ ਦਿਓ ਲਿਆ ਫੜ। ਬੱਕਰੀ ਕਿਤਨਾ ਕੁ ਦੁੱਧ ਕਰਦੀ ਦੀ ਸੂਨ ਤੋਂ ਬਾਅਦ ਐਵਰੇਜ? ਬੱਕਰੀ ਹੁਣ ਤਾਂ 5 ਸਿਰ ਤੇ ਰਹੀ ਜਦ ਮਾਸ਼ਾਅੱਲਾ। ਤੇ ਹੁਣ 10 ਕਿ ਦਿਨ ਹੋ ਗਏ ਬੱਕਰੀਆਂ ਨਾਲ ਅਸੀਂ ਗਏ ਕੋਈ ਕੋਈ ਨਹੀਂ ਬੱਕਰੀਆਂ ਕੋਈ ਘੱਟ ਗਈਆਂ ਕਿਹਾ ਆ ਜਰਾ। ਸਹੀ ਹੋ ਗਿਆ ਜੀ ਮਾਸ਼ਾਅੱਲਾ। ਬਿਹਤਰੀਨ ਚੀਜ਼ਾਂ ਆ ਜੀ। ਇਹ ਬੱਕਰਾ ਇਹਦਾ ਨਹੀਂ ਉਹ ਡੱਬੀ ਦਾ? ਡੱਬੀ ਬੱਕਰੀ ਦਾ। ਸਹੀ ਹੈ ਜੀ ਮਾਸ਼ਾਅੱਲਾ। ਔਰ ਕਿੰਨੇ ਕੁ ਮਹੀਨਿਆਂ ਦਾ ਜੀ? ਬਾਕੀ ਮਾਸ਼ਾਅੱਲਾ ਪਕੜ ਲੋ ਜੀ ਆ ਬੱਕਰੀ ਬਾਅਦ ਮੈਂ ਜੀ। ਇਹਦਾ ਸਰ ਜੀ ਕਿਤਨਾ ਸੁਬਹ ਇਸ ਟਾਈਮ? ਇਹਨੇ ਜੀ ਦੂਸਰਾ ਸੁਬਹ ਸੋਣਾ ਛਿੱਗੀ ਮੂੰਹ ਚੋਂ। ਮੂੰਹ ਚੋਂ ਛਿੱਗੀ ਹੈ ਮਾਸ਼ਾਅੱਲਾ। ਖਾਸ ਤੌਰ ਇਸਕਾ ਫੇਸ ਵਗੈਰਾ ਚੈੱਕ ਕਰੇ ਜੀ, ਬਹੁਤ ਹੈਵੀ ਹੈ। ਦੰਦ ਚੈੱਕ ਕਰਾ ਦਿਓ ਜੀ, ਇਹ ਚੈੱਕ ਕਰੇ ਜੀ ਮਾਸ਼ਾਅੱਲਾ ਜੀ। ਬਿਹਤਰੀਨ ਹੋਗਾ ਸਟਰਕਚਰ ਵਾਲੇ ਜਾਨਵਰ ਬਿਹਤਰ। ਉਹ ਕਿੰਨੇ ਕੁ ਮਹੀਨਿਆਂ ਦੀ ਗੱਭਣ ਹੈ ਹੁਣ? ਉਹਨੇ ਮਹੀਨੇ ਕਿਤੇ ਲੱਗੀ ਹੈ? ਅੱਛਾ ਲੱਗੀ ਕਰਾਸ ਹੈ? ਹਾਂਜੀ ਕਰਾਸ। ਸਹੀ ਹੈ ਜੀ ਮਾਸ਼ਾਅੱਲਾ। ਇਹਨੂੰ ਆਗਾਂ ਚਲਾ ਕੇ ਚੈੱਕ ਕਰਾ ਦਿਓ ਜੀ, ਚੈੱਕ ਕਰੇ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਔਰ ਅਗਲੇ ਨੰਬਰ ਪਰ ਇੱਕ ਹੋਰ ਜੀ। ਔਰ ਇਹਦਾ ਜੀ ਕਿਤਨਾ ਸੂਆ? ਇਹਦਾ ਜੀ ਦੂਸਰਾ। ਦੂਸਰਾ। ਔਰ ਹੁਣ ਸੂਈ ਹੈ ਖਾਲੀ ਹੈ? ਨਹੀਂ ਹੁਣ ਦੋ ਬੱਚੇ ਤੇ ਮਗਰ। ਸਹੀ ਹੈ ਜੀ ਮਾਸ਼ਾਅੱਲਾ। ਆ ਨਾਲ ਦੇ ਜਾਂ ਘਰੇ ਨੇ? ਨਾਲ ਆ ਨਾਲ। ਅੱਛਾ ਜੀ ਇਹ ਚੈੱਕ ਕਰਾ ਦਿਓ ਜੀ ਬੱਚਿਆਂ ਦੇ ਮਾਸ਼ਾਅੱਲਾ ਜੀ ਮਾਸ਼ਾਅੱਲਾ। ਔਰ ਇਹ ਆਪਣੇ ਕਿਸ ਬੱਕਰੇ ਦੀ ਜੀ? ਇਹ ਬੱਕਰੇ ਇਸ ਤਰ੍ਹਾਂ ਮਰ ਗਿਆ ਬੱਕਰਾ। ਸਹੀ 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 ਮਾਸ਼ਾਅੱਲਾ। ਅੱਛੀ ਚੀਜ਼ ਹੈ। ਛੋਟੇ ਬੱਚੇ ਘਰੇ ਵੇਖ ਕੇ ਆ ਜਿਹੜਾ ਹੁਣ ਬੱਕਰਾ ਫਿਰਦਾ ਰਿਹਾ ਸਿਆਣਾ ਚ ਅੱਗੇ ਬਣੀ ਜਿਹੜੀ ਜ਼ਰੂਰਤ। ਹਾਂਜੀ ਹਾਂਜੀ। ਅੱਛਾ ਜੀ। ਔਰ ਇਹ ਕਿੰਨੇ ਕੁ ਮਹੀਨੇ ਦੀ ਪੱਠ ਹੈ ਜੀ? ਇਹ ਜੀ ਇਹ 2.5 ਮਹੀਨੇ ਦੀ ਹੋਣੀ। ਸਹੀ।